ਸਿੰਘ ਸਾਹਿਬ ਅੱਜ ਦੁਬਾਰਾ ਅਕਾਲੀ ਤਖਤ ਸਾਹਿਬ ਤੇ ਆਏ ਹੋ ਜੀ ਇਹ ਐਪ ਹੈ ਕਿ ਐਸਜੀਪੀਸੀ ਕੀ ਗੁਹਾਰ ਲਗਾਉਣ ਵਾਸਤੇ ਆਏ ਹੋ ਇਹ ਗੁਹਾਰ ਕੋਈ ਨਹੀਂ ਗੁਹਾਰ ਤਾਂ ਲਾਈ ਹੋਈ ਹੈ ਪੰਥ ਦੇ ਚਰਨਾਂ 'ਚ ਸਦਾ ਹੀ ਗੁਹਾਰ ਹੈ ਬਾਕੀ ਮੱਥਾ ਟੇਕਣ ਆਏ ਸੀ ਮਹਾਰਾਜ ਜੀ ਮੱਥਾ ਟੇਕਿਆ ਨਮਸਕਾਰ ਕੀਤੀ ਹੈ ਹੁਣ ਮਹਾਰਾਜ ਦੀਆਂ ਅਸੀਸਾਂ ਲੈ ਕੇ ਅਤੇ ਘਰ ਜਾ ਰਹੇ ਜਿਹੜੇ ਤੁਸੀਂ ਡਾਇਰੈਕਟਰ ਸੀ ਅਕਾਲ ਤਖਤ ਸਾਹਿਬ ਤੇ ਅੱਜ ਤੋਂ ਕਾਫੀ ਸਮੇਂ ਪਹਿਲਾਂ ਹਾਂਜੀ ਉਹਦੇ ਬਾਰੇ ਸਿੰਘ ਸਾਹਿਬਾਨ ਨੇ ਅਜੇ ਤੱਕ ਕੋਈ ਵਿਚਾਰ ਅਜੇ ਤੱਕ ਤਾਂ ਨਹੀਂ ਕੋਈ ਹੋਈ ਉਮੀਦ ਕਰਦੇ ਹੋ ਕਿ ਵਿਚਾਰ ਸਿੱਖ ਸਦਾ ਹੀ ਗੁਰੂ 'ਤੇ ਉਮੀਦ ਕਰਦਾ ਗੁਰੂ ਪੰਥ 'ਤੇ ਉਮੀਦ ਕਰਦਾ ਅੱਜ ਦਾ ਵਿਸ਼ੇਸ਼ ਦਿਨ ਕਾਰਨ ਵਿਸ਼ੇਸ਼ ਇਹੀ ਹੈ ਬਈ ਪਰਿਵਾਰ ਬੱਚੇ ਨਾਲ ਆਏ ਨੇ ਅਤੇ ਬਾਹਰ ਗਏ ਸੀ ਅਮਰੀਕਾ ਕਨੇਡਾ ਬੱਚਿਆਂ ਨੂੰ ਮਿਲ ਕੇ ਆਏ ਹਾਂ ਅਤੇ ਮਹਾਰਾਜ ਦੇ ਸ਼ੁਕਰਾਨਾ ਕਰਨ ਸਤਿਗੁਰੂ ਦਾ ਗੁਰੂ ਨੂੰ ਪਤਾ ਵੀ ਇਹਨਾਂ ਦਾ ਕੋਈ ਦੋਸ਼ ਤਾਂ ਹੈ ਨਹੀਂ ਮੈਨੂੰ ਵੀ ਪਤਾ ਪਰ ਪੰਥ ਦੀਆਂ ਵੱਡੀਆਂ ਹਸਤੀਆਂ ਨੂੰ ਵੀ ਸਾਰੀਆਂ ਨੂੰ ਪਤਾ ਬਈ ਸਾਜਿਸ਼ ਰਚੀ ਗਈ ਜਦੋਂ ਸਾਜਿਸ਼ ਦਾ ਸਾਰਿਆਂ ਨੂੰ ਪਤਾ ਫਿਰ ਉਹ ਸਾਜਿਸ਼ ਨੂੰ ਬੇਨਕਾਬ ਕਿਉਂ ਨਹੀਂ ਕੀਤਾ ਗਿਆ ਕੋਈ ਨਹੀਂ ਸਮਾਂ ਆਉਣ ਦਿਓ ਆਪੇ ਹੋ ਜਾਏ ਜਿਹੜਾ ਉਹ ਕਰਤਾਰਪੁਰ ਵਾਲਾ ਡਾਕਟਰ ਸੀਗਾ ਉਹ ਵੀ ਇਹ ਗੱਲ ਕਹਿੰਦਾ ਪਿਆ ਕਿ ਮੈਂ ਕਿਸੇ ਮਸਲੇ 'ਚ ਨਹੀਂ ਆਉਣਾ ਚਾਹੁੰਦਾ ਇਸ ਤੋਂ ਅੱਗੇ ਹੋਰ ਕਿੱਥੇ ਆਏਗਾ ਉਹ ਇਸ ਤੋਂ ਅੱਗੇ ਹੋਰ ਕਿੱਥੇ ਆਏਗਾ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇੱਕ ਸਾਜਿਸ਼ ਦੇ ਤਹਿਤ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਸੇਵਾ ਤੋਂ ਹਟਾਇਆ ਗਿਆ ਸਾਜਿਸ਼ ਤਾਂ ਹੈ ਹੀ ਹੈ ਉਹ ਸਾਜਿਸ਼ ਬੇਨਕਾਬ ਕਰਨ ਦੀ ਜ਼ਰੂਰਤ ਹੈ ਕਾਰਨ ਕੀ ਕੋਈ ਨਹੀਂ ਹੋ ਜਾਏਗੀ ਸਮਾਂ ਆਉਣ ਦੇ ਹੋ ਜਾਏਗੀ ਜ਼ਰੂਰ ਹੋਏਗੀ ਗੁਰੂ ਪੰਥ ਸਭ ਕੁਝ ਜਾਣਦਾ ਪਰ ਤੁਹਾਡੇ ਵਰਗੀ ਸ਼ਖਸੀਅਤ ਜਿਹੜੀ ਕਿ ਵਿਦਵਤਾ ਦੇ ਮਾਮਲੇ ਵਿੱਚ ਵੀ ਸਭ ਤੋਂ ਅੱਗੇ ਹੈ ਜਿਹੜੀ ਸਾਰੇ ਮਾਮਲੇ ਨੂੰ ਚੰਗੀ ਤਰ੍ਹਾਂ ਭਲੀ ਭਾਂਤ ਸਮਝਦੀ ਉਸ ਸ਼ਖਸੀਅਤ ਨੂੰ ਹਟਾ ਲਾਂਭੇ ਕਰਨਾ ਸੇਵਾ ਤੋਂ ਲਾਂਭੇ ਕਰਨਾ ਇਹ ਆਪਣੇ ਆਪ ਦੇ ਵਿੱਚ ਸੰਗਤਾਂ ਦੇ ਮਨ 'ਚ ਪਾਉਂਦੇ ਇਹ ਸੰਗਤਾਂ ਜਾਣਨ ਜਾਂ ਗੁਰੂ ਜਾਣੇ ਜਾਂ ਗੁਰੂ ਪੰਥ ਦੇ ਨੁਮਾਇੰਦੇ ਜਾਣਨ ਗਿਆਨੀ ਰਘਵੀਰ ਸਿੰਘ ਤੋਂ ਤੁਹਾਨੂੰ ਆਸ ਹੈ ਕਿ ਉਹ ਤੁਹਾਡੇ ਮਾਮਲੇ ਉੱਤੇ ਗੱਲਬਾਤ ਕਰਨ ਬਹੁਤ ਆਸ ਹੈ ਪਿੱਛੇ ਤੁਹਾਡੀ ਫੋਨ 'ਤੇ ਵੀ ਗੱਲਬਾਤ ਹੋਈ ਸੀ ਗਿਆਨੀ ਰਘਵੀਰ ਸਿੰਘ ਨਾਲ ਨਹੀਂ ਫੋਨ 'ਤੇ ਨਹੀਂ ਗੱਲ ਇਹ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਤੱਖ ਤਖਤ ਹੈ ਗੁਰੂ ਸਾਹਿਬ ਬਿਰਾਜਮਾਨ ਨੇ ਉੱਥੇ ਜਥੇਦਾਰ ਜਿਹੜਾ ਵੀ ਹੋਵੇ ਸਾਨੂੰ ਪਹਿਲਾਂ ਸ਼੍ਰੀ ਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੋਂ ਵੀ ਬਥੇਰੀ ਉਮੀਦ ਸੀ ਪਰ ਚਲੋ ਸਮੇਂ ਨਾਲ ਮਹਾਰਾਜ ਨੇ ਸੇਵਾ ਹੋਣ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਬਖਸ਼ੀ ਹੈ ਇੱਕ ਮੈਂ ਜ਼ਰੂਰੀ ਜਿਹੜੀ ਗੱਲ ਸੀ ਉਹ ਰਹਿ ਗਈ ਕਿ ਜਿਹੜਾ ਗੁਰੂ ਘਰ ਹੁੰਦਾ ਇੱਥੇ ਆ ਕੇ ਮਨੁੱਖ ਅਰਦਾਸ ਕਰਦਾ ਇੱਥੇ ਆ ਕੇ ਗੁਰੂ ਕਾ ਸਿੱਖ ਨਿਉਂਦਾ ਆ ਅਤੇ ਇਹਦੇ ਲਈ ਕੋਈ ਮਸ਼ਹੂਰੀ ਦੀ ਲੋੜ ਨਹੀਂ ਹੁੰਦੀ ਅਤੇ ਪੰਜਾਬ ਸਰਕਾਰ ਵੱਲੋਂ ਮੈਂ ਦੇਖਿਆ ਅੱਜ ਅੰਮ੍ਰਿਤਸਰ ਬੋੜੇ ਬੋੜ ਅਰਦਾਸ ਦੇ ਅਰਦਾਸ ਤਾਂ 24 ਘੰਟੇ ਸਿੱਖ ਕਰੀ ਜਾਂਦਾ ਅਤੇ ਜੇ ਆਪਾਂ ਨਸ਼ਿਆਂ ਪ੍ਰਤੀ ਇੰਨੇ ਗੰਭੀਰ ਹਾਂ ਅਤੇ ਮੈਂ ਕਹਿੰਦਾ ਵੀ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਬਾਹਰ ਫੜਨ ਅਤੇ ਸ਼ਰਾਬ ਦਾ ਵੀ ਤਾਂ ਕੰਮ ਖਤਮ ਕਰ ਦੇਣ ਵੀ ਸ਼ਰਾਬ ਵੀ ਤਾਂ ਇੱਕ ਨਸ਼ਾ ਹੀ ਆ ਨਾ ਜੇ ਬਾਕੀ ਨਸ਼ੇ ਆ ਅਤੇ ਇਹ ਵੀ ਇੱਕ ਵਾਰੀ ਕਰ ਦੇਣ ਵੀ ਚਲੋ ਪੰਜਾਬ ਦੇ ਵਿੱਚੋਂ ਕੀ ਇਹ ਵੀ ਯਤਨ ਕਰਨਗੇ ਕਿ ਪੰਜਾਬ ਦੇ ਵਿੱਚੋਂ ਸ਼ਰਾਬ ਪੀਣ ਜਿਹੜੀ ਆ ਇਹ ਵੀ ਆਪਣੇ ਲਾਂਘ ਦੂਰ ਕੀਤੀ ਜਾਊਗੀ ਸੋ ਗੁਰੂ ਘਰ ਆਉਣ ਨੂੰ ਕੋਈ ਮਸ਼ਹੂਰੀ ਨਹੀਂ ਬੰਦੇ ਨੂੰ ਚਾਹੀਦੀ ਹੁੰਦੀ ਉਹਨੂੰ ਨਿਮ ਕੇ ਆਉਣਾ ਚਾਹੀਦਾ ਨਿਮ ਕੇ ਆਉਣ ਵਾਲੇ ਨੂੰ ਫਲ ਲੱਗਦਾ ਪਰ ਅਸੀਂ ਕਈ ਵਾਰੀ ਰਿਲੀਜੀਅਸ ਮੈਟਰ ਨੂੰ ਵੀ ਇੱਕ ਰਾਜਨੀਤਿਕ ਦਿੱਖ ਦੇ ਦਿੰਦੇ ਹਾਂ ਗੁਰੂ ਘਰਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ 'ਤੇ ਗੁਰਮਤਿ ਦੇ ਸਮਾਗਮ ਚਲਾਉਂਦੀ ਆ ਪਰ ਰਾਜਨੀਤਿਕ ਸਟੇਜ ਜਿਹੜੀ ਰਾਜਨੀਤਿਕ ਪਾਰਟੀਆਂ ਨੂੰ ਗੁਰੂ ਘਰਾਂ ਦੇ ਵਿੱਚ ਆ ਕੇ ਉਹ ਸੋਭਦਾ ਨਹੀਂ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ ਅਤੇ ਮੈਂ ਸਮਝਦਾ ਫਿਰ ਕੱਲ੍ਹ ਜਿਸ ਤਰ੍ਹਾਂ ਇਸ਼ਤਿਹਾਰ ਲਾ ਲਾ ਕੇ ਹੋਰ ਸਾਰਾ ਕਰ ਕਰਕੇ ਇੱਕ ਮਸ਼ਹੂਰੀ ਨਹੀਂ ਕਿਉਂਕਿ ਗੁਰੂ ਕਾ ਸਿੱਖ ਤਾਂ ਇਕੱਲਾ ਹੀ ਬੈਠਾ ਅਰਦਾਸ ਕਰ ਦਿੰਦਾ ਅਤੇ ਅਰਦਾਸ ਕਰਨ ਲਈ ਫਿਰ ਉਹ ਆਪਣੇ ਹਕੀਕਤ ਦੇ ਨਾਲ ਨੀਵਾਂ ਹੋ ਕੇ ਉਹ ਆਉਂਦਾ ਆ ਸੋ ਇਹਦੇ ਤੋਂ ਆਪਾਂ ਨੂੰ ਕੋਈ ਸਿਆਸੀ ਤੌਰ ਦੇ ਉੱਤੇ ਜਿਹੜੇ ਆ ਉਹ ਨਹੀਂ ਮਸਲੇ ਹੱਲ ਕਰਨੇ ਚਾਹੀਦੇ ਅਰਦਾਸ ਗੁਰੂ ਚਰਨਾਂ ਦੇ ਵਿੱਚ ਸਾਰਿਆਂ ਨੂੰ ਨਿਮ ਕੇ ਕਰਨੀ ਚਾਹੀਦੀ ਆ ਸੋ ਇਹ ਵੀ ਅੱਜ ਕੱਲ੍ਹ ਦੀ ਇੱਕ ਕਿਉਂਕਿ ਜਿਹੜੀ ਇੰਸੀਡੈਂਟ ਸੀ ਕੱਲ੍ਹ ਦੀ ਇੰਸੀਡੈਂਟ ਆ ਕਹਿੰਦਾ ਅਰਦਾਸ ਦਿਵਸ ਦੇ ਰੂਪ ਦੇ ਵਿੱਚ ਸੀ ਅਸੀਂ ਵੀ ਸਾਰੇ ਸਾਡੇ ਪ੍ਰਬੰਧ ਵਾਲਿਆਂ ਨੇ ਵੀ ਕੀਤੀ ਆ ਪਰ ਉਹਦੇ ਪਿੱਛੇ ਮਨਸ਼ਾ ਜਿਹੜੀ ਆ ਉਹ ਰਾਜਨੀਤਿਕ ਨਹੀਂ ਚਾਹੀਦੀ ਕੇਵਲ ਤਾਂ ਕੇਵਲ ਧਾਰਮਿਕ ਚਾਹੀਦੀ ਜੀ ਸਾਡੇ ਜਿਹੜੇ ਸਕੂਲ ਆ ਸ਼੍ਰੋਮਣੀ ਸਰਕਾਰ ਨੇ ਤੁਹਾਡੇ ਕੋਲ ਮੰਗ ਕੀਤੀ ਸੀ ਬੱਚਿਆਂ ਨੂੰ ਸਰੋਪੇ ਵੀ ਦਿੱਤੇ ਆਪਾਂ ਦੇਖੋ ਬੇਨਤੀ ਇਹ ਆ ਉਹਦੇ ਬਾਵਜੂਦ ਵੀ ਜੀ ਇਹਦਾ ਨਾਲ ਹੀ ਸਵਾਲ ਜੁੜਿਆ ਹੋਇਆ
ਕਿ ਭਗਵੰਤ ਮਾਨ ਹੋਰਾਂ ਵੱਲੋਂ ਅੰਦਰ ਅਰਦਾਸ ਕਰਨ ਤੋਂ ਬਾਅਦ ਘੰਟਾ ਘਰ ਦੇ ਬਾਹਰ ਜਿੱਥੇ ਕੀਰਤਨ ਦੀਆਂ ਧੁਨਾਂ ਸੁਣਾਈ ਦਿੰਦੀਆਂ ਸੰਗਤਾਂ ਨੂੰ, ਉੱਥੇ ਉਹਨਾਂ ਬਕਾਇਦਾ ਡਾਇਸ ਲਾ ਕੇ ਸਪੀਕਰ ਔਰ ਬੱਚਿਆਂ ਨੂੰ ਸੰਬੋਧਨ ਕੀਤਾ ਔਰ ਆਪਣੀ ਸਰਕਾਰ ਦਾ ਪ੍ਰਚਾਰ ਕੀਤਾ। ਮੈਂ ਪਹਿਲਾਂ ਜਿਹੜਾ ਤੁਹਾਨੂੰ ਕਿਹਾ ਉਹ ਇਹੋ ਹੀ ਸੀਗਾ ਕਿ ਬਾਹਰ ਜਾ ਕੇ ਸਟੇਜ ਲਾਉਣੀ, ਸਿਆਸੀ ਕੰਮ ਕਰਨਾ ਇਹ ਚੰਗਾ ਨਹੀਂ, ਕਿਉਂਕਿ ਬੱਚੇ ਆ ਕੋਮਲ ਦਿਲ ਦੇ, ਅਸੀਂ ਤਾਂ ਉਹਨਾਂ ਨੂੰ ਇਨਸੈਂਟਿਵ ਦਿੱਤਾ ਬੱਚਿਆਂ ਨੂੰ, ਉਸ ਵੇਲੇ ਕੋਈ ਵਿਰੋਧ ਨਹੀਂ ਕੀਤਾ ਅਸੀਂ, ਨਹੀਂ ਅੰਦਰ ਗੁਰੂ ਘਰ ਦੀ ਮਰਪਰਾ ਹੁੰਦੀ ਆ, ਗੁਰੂ ਘਰ ਦੇ ਵਿੱਚ ਜਿਹੜਾ ਕੋਈ ਵੀ ਆਉਂਦਾ ਆ ਉਹਨੂੰ ਅਸੀਂ ਕੋਈ ਕਦੇ ਇੱਦਾਂ ਕਿਸੇ ਨੂੰ ਵੀ ਨਹੀਂ ਟੱਕਦੇ ਅਸੀਂ, ਪਰ ਛੋਟੇ ਬੱਚੇ ਜਿਹੜੇ ਆ ਹੁਣ ਆਪਾਂ ਜਿਹੜੇ ਕਿ ਉਹ ਵੱਡੀ ਪਦਾਰ 'ਚ ਆਏ ਫਿਰ ਉੱਥੇ ਝਗੜਾ 'ਚ ਵੇਲਾ ਕਰਦੇ, ਉਹ ਵੀ ਚੰਗੇ ਨਹੀਂ ਸੀ ਲੱਗਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰੰਪਰਾਵਾਂ ਅਨੁਕੂਲ ਚੱਲਦੀ ਆ, ਪਰ ਮੈਂ ਸਮਝਦਾ ਵੀ ਇਹੋ ਜਿਹੀ ਗੱਲ ਕਰਨੀ ਨਹੀਂ ਚਾਹੀਦੀ ਜਿੱਥੋਂ ਰਾਜਨੀਤਿਕ ਸਟੇਜ ਲਾ ਕੇ ਤੁਸੀਂ ਆਪਣਾ ਸੁਨੇਹਾ ਦਿਓ, ਇੱਥੇ ਕਦੇ ਵੀ ਪੋਸੀਬਿਲਿਟੀ ਨਹੀਂ ਹੋਈ ਇਸ ਗੱਲ ਦੀ। ਸੋ ਮੈਂ ਇਸੇ ਗੱਲ ਨੂੰ ਤੁਹਾਨੂੰ ਜੋ ਪਹਿਲਾਂ ਕਿਹਾ, ਮੈਂ ਇਸੇ ਗੱਲ ਨੂੰ ਕਿਹਾ ਵੀ ਇਹਨੂੰ ਰਾਜਨੀਤਿਕ ਲਾਹਾ ਲੈਣ ਲਈ ਧਾਰਮਿਕ ਸਟੇਜਾਂ ਜਿਹੜੀਆਂ, ਧਾਰਮਿਕ ਗੁਰਦੁਆਰੇ ਜਾਂ ਧਾਰਮਿਕ ਹਿਸਟੋਰੀਕਲ ਪਲੇਸਿਸ ਆ ਉਹ ਨਹੀਂ ਵਰਤਣਾ ਚਾਹੀਦਾ। ਅਤੇ ਜੇ ਆਉਣਾ ਆ, ਕਿਉਂਕਿ ਇੱਥੇ ਤਾਂ ਸਾਰਿਆਂ ਨੇ ਆਉਣਾ, ਬੱਚੇ ਆਉਂਦੇ ਆ, ਹੋਰ ਵੀ ਆਉਂਦੇ, ਬਜ਼ੁਰਗ ਵੀ ਆਉਂਦੇ, ਸਾਰਿਆਂ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਆਰ ਅਤੇ ਸਤਿਕਾਰ ਦੇ ਨਾਲ ਪੇਸ਼ ਆਉਂਦੀ ਆ। ਦੇਖਣਾ ਸੀ, ਪਰ ਅਸੀਂ ਵੀ ਕੁਛ ਵਿਚਾਰਾਂ ਕੀਤੀਆਂ ਆਪਣੇ ਵਕੀਲਾਂ ਨਾਲ ਅਤੇ ਹਾਈਕੋਰਟ ਦੇ, ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਨਾਲ। ਅੱਜ ਉਹਨਾਂ ਨੇ ਵੀ ਮੇਰਾ ਖਿਆਲ ਮੈਨੂੰ ਜੋ ਕੈਮਪੁਰੀ ਸਾਹਿਬ ਨੇ ਦੱਸਿਆ ਵੀ ਉਹਨੇ ਵੋਟਾਂ ਜਿਹੜੀਆਂ ਬਣੀਆਂ ਸੀ ਉਹ ਸਾਰੀਆਂ ਰੱਦ ਕਰ ਦਿੱਤੀਆਂ, ਵੀ ਨਵੇਂ ਸਿਰੇ ਬਣਾਓ, ਨਵੇਂ ਪਰਫੋਰਮੇ ਭਰੋ। ਸੋ ਉਹ ਇੱਕ ਲੀਗਲ ਐਸਪੈਕਟ ਹੈਗਾ ਆ, ਉਹਦੇ ਉੱਤੇ ਅਸੀਂ ਵਿਚਾਰ ਕਰ ਰਹੇ, ਕਿਉਂਕਿ ਦੋ ਗੱਲਾਂ ਚੱਲਦੀਆਂ, ਇੱਕ ਸਟੇਟ ਐਕਟ ਆ, ਇੱਕ ਸੈਂਟਰਲ ਐਕਟ ਆ। ਜਿਹੜਾ ਸੈਂਟਰਲ ਐਕਟ 1925 ਦਾ, ਉਹਦੇ ਵਿੱਚ ਮੁੱਢਲੇ ਤੌਰ 'ਤੇ ਥੋੜ੍ਹੇ ਗੁਰਦੁਆਰੇ ਸੀ ਜਿਹੜੇ ਸਾਡਾ 85 ਸੀ, ਫਿਰ ਹੌਲੀ ਹੌਲੀ ਜਿਉਂ ਜਿਉਂ ਅਸੀਂ ਉਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਲੈਂਦੇ ਰਹੇ ਹਾਂ ਅਤੇ ਉਹ ਸਰਕਾਰ ਸੈਂਟਰ ਦੀ ਉਹ ਨੋਟੀਫਿਕੇਸ਼ਨ ਰਾਹੀਂ ਉਹ ਸਾਰੇ ਸਾਡੇ ਪ੍ਰਬੰਧ ਹੇਠ ਕਰਦੇ ਰਹੇ ਹਾਂ। ਹੁਣ ਹਰਿਆਣੇ ਨੇ ਵੀ ਐਕਟ ਬਣਾ ਦਿੱਤਾ, ਹਰਿਆਣੇ ਨੇ ਵੀ ਉਹੀ ਗੁਰਦੁਆਰੇ ਹਰਿਆਣੇ ਵਾਲੇ ਜਿਹੜੇ ਨੋਟੀਫਾਈ ਕਰਦੇ, ਅਤੇ ਤੁਸੀਂ ਪੱਤਰਕਾਰ ਆ, ਜੇ ਸੈਂਟਰਲ ਐਕਟ ਹੋਵੇ ਉਹੀ ਪ੍ਰਵੇਲ ਪਾਉਣ ਕਰਦਾ ਹੁੰਦਾ, ਨਾ ਕਿ ਸਟੇਟ ਐਕਟ। ਅਤੇ ਜੇ ਉਹ ਹਾਲੇ ਸਾਡੇ ਖੜ੍ਹੇ ਆ ਤਾਂ ਫਿਰ ਜਾਂ ਤਾਂ ਡਿਲੀਟ ਕਰਨ ਉਹ ਸੈਂਟਰ ਵਾਲੇ ਉਹਦੇ ਵਿੱਚੋਂ, ਸਿੱਖ ਗੁਰਦੁਆਰਾ ਐਕਟ ਤਾਂ ਐਜ ਇਟ ਇਜ਼ ਖੜ੍ਹਾ, ਉਹਦੇ ਵਿੱਚ ਤਾਂ ਹਾਲੇ, ਕਿਉਂਕਿ ਜੋ ਨੋਟੀਫਿਕੇਸ਼ਨ ਸਾਡੇ ਐਕਟ ਦੇ ਵਿੱਚ ਆ ਉਹ ਸਾਡੇ ਜਾਂ ਨੋਟੀਫਿਕੇਸ਼ਨਾਂ ਰਾਹੀਂ ਆ, ਉਹ ਤਾਂ ਸਾਡੇ ਪ੍ਰਬੰਧ ਦੇ ਵਿੱਚ ਆ, ਭਾਵੇਂ ਫਿਜ਼ੀਕਲ ਪ੍ਰਬੰਧ ਉਹ ਲੈ ਚੁੱਕੇ ਆ, ਪਰ ਪ੍ਰਵੇਲ ਪਾਉਣ ਤਾਂ ਐਜ ਇਟ ਇਜ਼ ਹੀ ਇਹ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਇਹਦੇ ਬਾਰੇ, ਕਿਉਂਕਿ ਉੱਥੋਂ 11 ਮੈਂਬਰ ਚੁਣ ਕੇ ਆਉਂਦੇ ਆ, ਵੀ ਉਹਨਾਂ ਦਾ ਹੱਕ ਜਿਹੜਾ ਆ ਉਹ ਸੈਂਟਰਲ ਐਕਟ ਦੇ ਗੁਰਦੁਆਰਾ ਐਕਟ ਦੇ ਮੁਤਾਬਕ ਵਾਂਝਾ ਨਾ ਕੀਤਾ ਜਾਵੇ। ਜਿਹੜੀਆਂ ਲੀਗਲ ਇੰਪਲੀਕੇਸ਼ਨ ਆ ਉਹਦੇ ਵਿੱਚ ਅਸੀਂ ਹੈਗੇ, ਪਰ ਵੋਟਾਂ ਲਈ ਤੇ ਇਲੈਕਸ਼ਨ ਲਈ ਅਸੀਂ ਬਿਲਕੁਲ ਤਿਆਰ ਆ, ਅਸੀਂ ਉਹਦੇ ਲਈ ਪੂਰੇ ਆਪਣੇ ਯਤਨਸ਼ੀਲ ਆ, ਵੋਟਾਂ ਬਣਾਉਣ ਲਈ ਪੂਰਾ ਜੋਸ਼ ਆ, ਉਤਸ਼ਾਹ ਆ, ਸਾਰਿਆਂ ਦੇ ਵਰਕਰ ਜਿਹੜੇ ਆ ਉਹ ਸਾਰੇ ਆਪਣੇ ਤਨਦੇਹੀ ਨਾਲ, ਅਤੇ ਸ਼੍ਰੋਮਣੀ ਅਕਾਲੀ ਦਲ ਵੀ, ਅਤੇ ਉਹ ਤਨਦੇਹੀ ਦੇ ਨਾਲ ਆਪਣੇ ਆਪਣੇ ਹਲਕਿਆਂ ਦੇ ਵਿੱਚ ਵੋਟਾਂ ਬਣਾਉਣ ਲਈ ਆਪਣੇ ਤੌਰ ਦੇ ਉੱਤੇ ਵੱਡੀ ਜਿਹੜੀ ਉਹ ਦੌੜ ਲਾ ਰਹੇ। ਵਾਹਿਗੁਰੂ।